ਮੈਨੂੰ ਬੱਬੀ ਕਹਿੰਦੇ ਗੁਰਦਾਸਪੁਰ 'ਚ ਕੀ ਹੋਇਆ? ਇਹ ਹੋਇਆ ਜੀ, ਇੱਧਰੋਂ ਗੱਡੀ ਆਈ ਦਰਾਂਗੜੇ ਰੋਡ ਤੋਂ, ਸ਼ਰਾਬ ਉਹਨਾਂ ਪੀਤੀ ਦੀ ਬੜੀ ਤੇਜ਼ ਆਈ, ਪਹਿਲਾਂ ਥੜੇ ਭੰਨੇ ਆ, ਉਸ ਤੋਂ ਬਾਅਦ ਤੋੜਦੇ ਆ ਖੰਭੇ 'ਚ ਵੱਜੀ, ਬਾਅਦ 'ਚ ਫਿਰ ਰੇੜੀ ਦੇ ਵਿੱਚ ਮਾਰੀ ਆ, ਰੇੜੀ ਭੰਨ ਭੁੰਨ ਕੇ ਅਤੇ ਵਾਹਾਂ, ਬਾਅਦ ਵਿੱਚ ਇਹਨਾਂ ਦਾਰੂ ਪੀਤਾ ਦਾ, ਇਹਨਾਂ 'ਤੇ ਵੀ ਸੱਟਾਂ ਲੱਗੀਆਂ। 6 ਵਜੇ ਫੋਨ ਗਿਆ ਜੀ, 6 ਵਜੇ ਮੈਂ ਆਇਆ ਅਤੇ ਅੱਗੇ ਰੇੜੀ ਗਿੱਲੜੀ ਦੀ, ਬਾਅਦ 'ਚ ਮੈਨੂੰ ਮੁਲਾਜ਼ਮ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਅਤੇ ਸ਼ਰਾਬ ਉਹਨਾਂ ਪੀਤੀ ਦੀ ਫੱਟੜ ਹੋ ਗਏ ਆ, ਅਤੇ ਮੁਲਾਜ਼ਮ ਉੱਥੇ ਆ ਗਏ ਸੀ ਕਰਨੈਲ ਸਿੰਘ, ਉਹਨਾਂ ਨੇ ਆ ਕੇ ਉਹਨਾਂ ਦੀ RC ਲੈ ਲਈ ਆ, ਅਤੇ ਉਹ ਗੱਡੀ ਜਿਹੜੀ ਆ ਟਰੈਕਟਰ ਦੇ ਨਾਲ ਬੰਨ ਕੇ ਤੋਂ ਘਰ ਲੈ ਗਏ ਆ। CT ਕਿਉਂ ਨਹੀਂ ਲਾਈ ਗਈ? ਐਕਸੀਡੈਂਟ ਹੋਇਆ ਸੀਗਾ ਅਤੇ ਸਾਨੂੰ ਉਡੀਕਦੇ, ਸਾਨੂੰ ਪਤਾ ਲੱਗਦਾ ਵੀ ਠੀਕ ਆ ਜਿਹੜੀ ਗੱਡੀ ਵੱਜੀ ਆ। ਜੇਕਰ ਇੱਥੇ 10-15 ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਸੀ? ਇਹਦੇ ਦੇਖੋ ਪਬਲਿਕ ਆ ਸਾਰੀ, ਇੱਥੇ ਧੁੰਮਦੀ ਆ। ਕਿੰਨੇ ਵਜੇ ਦੀ ਗੱਲ ਆ? ਇਹ 12-12:30 ਦੀ ਗੱਲ ਆ ਜੀ, ਇੱਥੇ ਦੁਨੀਆ ਘੁੰਮਦੀ ਆ। ਤੁਹਾਡਾ ਕਿੰਨਾ ਨੁਕਸਾਨ ਹੋਇਆ? ਮੇਰਾ ਜੀ 30-35,000 ਰੁਪਏ ਦਾ ਨੁਕਸਾਨ ਹੈਗਾ ਵਾ। ਕੀ ਕੁਛ ਗਿਆ? ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ, ਹੋਰ ਇਹ ਦੇਖੋ ਥੜੇ ਥੋੜੇ ਭੰਨਤੇ ਸਾਰੇ। ਇੱਕ ਮੈਂ ਵਿਹਲਾ ਹੋ ਗਿਆ। ਕੀ ਮੰਗ ਕਰਦੇ ਹੋ? ਮੰਗਿਆ ਵੀ ਮੈਂ ਵਿਹਲਾ ਹੋ ਗਿਆ, ਸਵੇਰ ਦਾ ਸਾਰੀ ਦਿਹਾੜੀ ਵਿਹਲਾ ਬੈਠਾ ਦਾ ਵਾ। ਮੈਂ ਮੰਗ ਇਹ ਕਰਨਾ ਵਾ ਵੀ ਇਹਨਾਂ ਨੂੰ ਨੱਥ ਪਾਈ ਜਾਏ ਕਿ ਆ ਜਿਹੜੇ ਬੰਦੇ ਮਰ ਜਾਂਦੇ ਅਤੇ ਇਹ ਜ਼ਿੰਮੇਵਾਰ ਆ ਹੀ, ਇੰਨੀ ਤੇਜ਼ ਗੱਡੀ ਚਲਾਉਣੀ ਚਾਹੀਦੀ ਆ? ਰੁਜ਼ਗਾਰ ਤੁਹਾਡਾ ਖਤਮ ਹੋ ਗਿਆ? ਸਾਡਾ ਰੁਜ਼ਗਾਰ, ਮੈਂ ਵਿਹਲਾ ਬੈਠਾ ਤਾਂ ਸਵੇਰ ਦਾ ਹੀ, ਅਤੇ ਪਤਾ ਨਹੀਂ ਕਿੰਨੇ ਦਿਨ ਬਹਿਣਾ ਜੀ, ਅਤੇ ਮੈਂ 2-3 ਵਾਰੀ ਕਿਹਾ ਤਾਂ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ। ਮੈਨੂੰ ਖੜਾਕ ਸੁਣਾਇਆ ਅੰਦਰ, ਅਤੇ ਮੈਂ ਤੁਹਾਡੇ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ, ਕੋਈ ਮੇਰੇ ਕਹਾ 1:15 ਦਾ ਟਾਈਮ ਸੀ, ਅਤੇ ਮੈਂ ਬਾਹਰ ਆਇਆ ਦੇਖਿਆ ਅਤੇ ਇੱਥੇ ਖਲਕਤ ਬੜੀ ਇਕੱਠੀ ਹੋਈ, ਅਤੇ ਗੱਡੀ ਇੱਥੇ ਭੱਜੀ ਦੀ ਪਈ ਸੀ, ਅਤੇ ਨਾਲ ਹੀ ਇੱਥੋਂ ਜਿਉਂ ਗੱਡੀ ਨਿਕਲੀ ਦੀ ਆ ਮੈਂ ਦੇਖਿਆ ਸਾਰਾ ਸੀਨ ਮੌਕੇ 'ਤੇ ਜਿਹੜਾ ਹੋਏ ਦਾ ਸੀ। ਇਹ ਤਾਂ ਨਹੀਂ ਦੇਖਿਆ ਵੀ ਕਦੋਂ ਹੋਇਆ, ਲੇਕਿਨ ਹੋਏ ਦਾ ਦੇਖਿਆ ਮੈਂ, ਅਤੇ ਆਣ ਕੇ ਦੇਖਿਆ ਅਤੇ ਇਹ ਰੇੜੀ ਦਾ ਸਿਸਟਮ ਜਿਹੜਾ ਸੀ ਸਾਰਾ ਹੀ ਬੜਾ ਖਰਾਬ ਹੋਏ ਦਾ ਸੀ, ਅਤੇ ਉਹਦੇ ਉਹ ਕਹਿਣ ਲੱਗੇ ਵੀ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਹੈ ਵੀ। ਮੈਂ ਵੀ ਰੇੜੀ ਦਾ ਮਤਲਬ ਜਿਹੜਾ ਇੱਥੇ ਰੋਜ਼ ਰੇੜੀ ਲਾਉਂਦਾ, ਮੈਂ ਕਿਹਾ ਰੋਜ਼ ਅਸੀਂ ਪਾਣੀ ਪੂਣੀ ਉਹਦੇ ਕੋਲ ਪੀਂਦੇ ਪੂੰਦੇ ਹਾਂ, ਸਾਰੇ ਪੁਲਿਸ ਮੁਲਾਜ਼ਮ ਪੀਂਦੇ ਨਾ, ਅਤੇ ਮੈਂ ਵੀ ਇਹ ਉਹ ਆਪੂ ਗਿਆ ਤੋੜ ਬਣ ਗਿਆ ਛੱਡ ਕੇ ਦੇ ਇੱਥੇ, ਇਹ ਮੈਂ ਗੱਲ ਆਖੀ ਐਵੇਂ ਆਖਾਂ, ਅਤੇ ਬਾਕੀ ਫਿਰ ਉਹ ਬੜੇ ਲੱਗੇ ਕਰਨ ਦੇ। ਵਾਈਟ ਗੱਡੀ, ਵਾਈਟ ਵਿੱਚ ਬਾਹਰ ਹੀ ਸਾਰੇ ਪਿੰਡ ਦੇ ਵਿੱਚ ਥੋੜ੍ਹਾ ਬੈਠਾ ਸੀ, ਕੋਈ 5 ਬੰਦੇ ਬਾਹਰ ਨੇ, ਬਾਹਰ ਹੀ ਪਿੰਡ ਦੇ ਸਾਰੇ, ਬਾਕੀ ਇੱਧਰ ਹੋਰ ਗੱਡੀਆਂ ਬੜੀਆਂ ਇਕੱਠੀਆਂ ਹੋ ਗਈਆਂ ਨੇ ਉਹਦੇ, ਅਤੇ ਹੁਣ ਮਤਲਬ ਕਿ ਪਤਾ ਨਹੀਂ ਕੀ ਕਰਦੇ ਕੀ ਨਹੀਂ, ਰੱਬ ਜਾਣੇ। ਪਰ ਪੁਲਿਸ ਵਾਲੇ ਨੇ ਇਸ ਗੱਲ ਆਖੀ ਵੀ ਕੋਈ ਗੱਲ ਨਹੀਂ, ਸਭ ਕੁਝ ਠੀਕ ਹੋ ਜਾਏਗਾ, ਪਰ ਤੁਸੀਂ ਤੁਹਾਡੇ ਵੀ ਚਲੋ ਬਚਾਅ ਹੋ ਗਿਆ, ਕੋਈ ਜੀ ਨਹੀਂ ਐਕਸਪਾਇਰ ਹੋਇਆ ਵੀ। ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਗੱਡੀ ਵਾਲਿਆਂ ਦੇ? ਹਾਂ, ਹੁਣ ਮਤਲਬ ਕਿ ਜਿਹੜੇ ਉਹਨਾਂ ਦੇ ਕਾਗਜ਼ ਪੱਤਰ ਹੀ ਲੈ ਗਏ ਸੀ, ਉਹ ਕਾਗਜ਼ ਪੱਤਰ ਲੈ ਗਏ, ਉਹ ਗੱਡੀ ਨਹੀਂ ਖੜੀ, ਅਤੇ ਗੱਡੀ ਉਹਨਾਂ ਫਿਰ ਆਪ ਹੀ ਉਹਨਾਂ ਦੱਸਿਆ ਵੀ ਤੁਸੀਂ ਜੈਕਟ ਆ ਕੇ ਅਤੇ ਗੱਡੀ ਵਰਕਸ਼ਾਪ ਲੈ ਜਾਓ, ਇਹ ਗੱਲ ਆਖੀ ਉਹਨਾਂ ਨੇ। ਗੱਡੀ ਕਿੰਨੀ ਕੁ ਨੁਕਸਾਨ ਗਈ? ਨਹੀਂ, ਗੱਡੀ ਦਾ ਨੁਕਸਾਨ ਮੈਂ ਦੇਖਿਆ ਕਾਫੀ ਹੋਇਆ ਦਾ, ਅਗਲਾ ਜਣੇ ਜਿਹੜਾ ਨਾ ਬੰਪਰ ਉਹ ਵੀ ਬਿਲਕੁਲ ਟੁੱਟ ਕੇ ਅੱਗੇ ਪੈ ਗਿਆ ਸੀ, ਅਤੇ ਨੰਬਰ 2 ਹੈ ਵੀ ਉਹ ਇਹਨਾਂ ਦਾ ਚੱਕਾ ਨਹੀਂ, ਚੱਕਾ ਲੱਥ ਕੇ ਤਾਂ ਅਗਲਾ ਚੱਕਾ, ਅਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਦੀ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਿਛਲੇ ਪਾਸੇ ਕਿੱਧਰ ਟੁੱਟ ਗਈ, ਇਹ ਬੜੀ ਹੈਰਾਨੀ ਦੀ ਗੱਲ ਹੈ। ਅਤੇ ਹਾਂ, ਇਹ ਹੈਗਾ ਜੀ ਕਿ ਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰ PB 30Y6868, ਅਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਉਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਅਤੇ ਮਹਾਜਨ ਸੋਢੇ ਵਾਲਾ ਅਤੇ ਉਹਦੀ ਰੇੜੀ ਨਾਲ ਜਾ ਕੇ ਟਕਰਾ ਗਈ ਸੀਗੀ, ਅਤੇ ਮੌਕੇ 'ਤੇ ਫਿਰ ਅਸੀਂ ਪੁੱਜ ਕੇ PCR ਪੁੱਜ ਕੇ ਅਤੇ ਜਿਹੜੇ ਉਹਨੂੰ ਗੱਡੀ ਨੂੰ ਇੱਕ ਸਾਈਡ 'ਤੇ ਕਰਾਇਆ, ਅਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ, ਵੀ ਜੋ ਕਹਿੰਦੇ ਵੀ ਰਾਤ ਉਹ ਕਹਿੰਦੇ ਸੀ ਵੀ ਅਸੀਂ ਇਹਦਾ ਜਿਹੜਾ ਰੇੜੇ ਦਾ ਨੁਕਸਾਨ ਆ ਅਸੀਂ ਭਰਨ ਨੂੰ ਤਿਆਰ ਹੈਗੇ ਹਾਂ, ਅਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ, ਨਹੀਂ ਤਾਂ ਜਿਹੜੀ ਕਾਨੂੰਨੀ ਅਨੁਸਾਰ ਕਾਰਵਾਈ ਬਣੇਗੀ ਉਹੀ ਕਰਾਂਗੇ ਜੀ।